ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਆਈ ਸੀਗੀ ਰਾਧਿਕਾ ਇੰਡਸਟਰੀ ਕੁਰਾਲੀ, ਤੇ ਇਹ ਜਿਹੜੇ ਹੈਗੇ ਆ ਇਹ ਬਣਾਉਂਦੇ ਹੈਗੇ ਆ CNC ਲੇਜ਼ਰ ਕਟਿੰਗ ਮਸ਼ੀਨ, ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਤੇ ਬਹੁਤ ਸਾਰੀਆਂ ਫਰਮਾਂ ਦੇ ਵਿੱਚ ਇਹਨਾਂ ਮਸ਼ੀਨਾਂ ਦੀ ਲੋੜ ਆ। ਜੇ ਤੁਸੀਂ ਬਰੀਕੀ ਤੋਂ ਬਰੀਕੀ ਕਟਿੰਗ ਕਰਨੀ ਆ, ਮੋਟੀ ਤੋਂ ਮੋਟੀ ਕਟਿੰਗ ਕਰਨੀ ਆ, ਤੇ ਇਹ ਜਿਹੜੀਆਂ ਲੇਜ਼ਰ ਕਟਿੰਗ ਮਸ਼ੀਨਾਂ, ਇਹਨਾਂ ਨੇ ਬਹੁਤ ਆਸਾਨ ਕਰ ਦਿੱਤੀਆਂ ਉਹ ਚੀਜ਼ਾਂ। ਤੇ ਮੈਂ ਤੁਹਾਨੂੰ ਮਸ਼ੀਨਾਂ ਦਿਖਾ ਦਿੰਦੀ ਆ ਵੀ ਇਹ ਕਿਹੜੀ ਕਿਹੜੀ ਮਸ਼ੀਨ ਸੇਲ ਕਰਦੇ ਆ। ਆ ਹੈਗੀ ਇਹਨਾਂ ਦੀ ਇੱਥੇ ਦੀ ਸਭ ਤੋਂ ਵੱਡੀ ਮਸ਼ੀਨ। ਤੇ ਇਹਨਾਂ ਨੇ ਪਲੇਟਸ ਕੱਟ ਕੇ ਦਿੱਤੀਆਂ ਮੈਨੂੰ, ਚਲੋ ਪੈਕ ਕਰ ਦਿੱਤੀਆਂ। ਬ੍ਰਾਊਨ ਕੁੜੀ ਲਿਖਿਆ ਹੋਇਆ, ਦੋ ਤਿੰਨ ਡਿਜ਼ਾਈਨ ਦਿੱਤੇ ਆ। ਇੱਕ ਹੈਗੀ ਆ ਆਹ ਵਾਲੀ, ਜਿਹੜੀ ਲੇਜ਼ਰ ਕਟਿੰਗ ਮਸ਼ੀਨ ਆ। ਇਹਦੇ ਨਾਲ ਤੁਸੀਂ ਆਪਣੇ ਐਗਰੀਕਲਚਰ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਡਿਜ਼ਾਇਨਿੰਗ ਕਰਨੀ ਆ, ਤੁਸੀਂ ਇਹਦੇ ਨਾਲ ਕਰ ਸਕਦੇ ਹੋ। ਤੇ ਆ ਹੈਗਾ ਇਹਨਾਂ ਦੇ ਕੋਲ ਆਹ ਪਲਾਜ਼ਮਾ, ਇੱਕ ਤਾਂ ਆ ਪਲਾਜ਼ਮਾ ਆ ਛੋਟਾ, ਇਦਾਂ ਦਾ ਸਾਡੇ ਵੀ ਆ। ਇੱਕ ਹੈਗਾ ਆ ਆ ਪਲਾਜ਼ਮਾ, ਜਿਹਨੂੰ ਬੈੱਡ ਪਲਾਜ਼ਮਾ ਵੀ ਕਹਿ ਦਿੰਦੇ ਆ। स्पीड स्लो करनी पड़नी है। ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਕੁੜੀ ਚਾਹੇ ਮੁੰਡਾ, ਖਾਸ ਕਰਕੇ ਕੁੜੀਆਂ ਦੇ ਲਈ ਇਹ ਇੱਕ ਵਧੀਆ ਆਪਸ਼ਨ ਆ। ਜੇ ਉਹ ਆਪਣੇ ਕਾਰੋਬਾਰ ਕਰਨਾ, ਉਹਨਾਂ ਨੇ ਇਨਵੈਸਟ ਕਰਨਾ 15 ਤੋਂ 20 ਲੱਖ ਦਾ, ਉਹ ਇਹ ਮਸ਼ੀਨਾਂ ਲਾਉਣ। ਇਹਨਾਂ ਦਾ ਕੰਮ ਬਹੁਤ ਆ ਇੰਡਸਟਰੀ ਦੇ ਵਿੱਚ, ਕਿਉਂਕਿ ਮਤਲਬ ਇਹ ਇੱਕ ਤਰ੍ਹਾਂ ਦੀ, ਆਪਾਂ ਇਹਦੇ ਵਿੱਚ ਕਦੀ ਵੀ ਲੌਸ 'ਚ ਨਹੀਂ ਜਾਵਾਂਗੇ। ਲੇਬਰ ਘੱਟ ਰਹੀ ਆ, ਟੈਕਨੀਕ ਵੱਧ ਰਹੀ ਆ, ਹੈ ਨਾ। ਉਹਦੇ ਨਾਲ ਇਹ ਆ, ਲੇਬਰ ਮਿਲਣੀ ਨਹੀਂ ਹੈਗੀ। ਜਿਹੜਾ ਕੰਮ ਪਹਿਲਾਂ ਆਪਣਾ 3-4 ਘੰਟਿਆਂ ਦੇ ਵਿੱਚ ਹੁੰਦਾ ਸੀਗਾ, ਇਹ ਮਸ਼ੀਨਾਂ ਉਹ ਕੰਮ ਆਪਣਾ 5 ਜਾਂ 10 ਮਿੰਟ ਦੇ ਵਿੱਚ ਕਰਦੀਆਂ। ਛੋਟੇ ਤੋਂ ਛੋਟਾ ਸਾਈਜ਼ ਲੈ ਕੇ ਵੱਡੇ ਤੋਂ ਵੱਡਾ, ਜਿੱਡੀ ਵੱਡੀ ਕਟਿੰਗ, ਜਿੰਨੀ ਮੋਟੀ ਕਟਿੰਗ ਆ, ਇਹਨਾਂ ਦੀ ਮਸ਼ੀਨ ਦੇ ਸਾਰਾ ਤੁਹਾਨੂੰ ਸੈਟਿੰਗ ਕਰਨੀ ਪੈਂਦੀ ਆ। ਸਾਰਾ ਉਹਦੇ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਮਸ਼ੀਨ, ਜੇ ਤੁਸੀਂ ਇਹਨਾਂ ਤੋਂ ਲਓਗੇ, ਇਹ ਆਪਣੇ ਇੱਕ ਵਰਕਰ ਵੀ ਭੇਜਣਗੇ ਤੁਹਾਡੇ ਕੋਲ, ਜਿਹੜਾ ਕਿ ਤੁਹਾਨੂੰ 1 ਹਫ਼ਤੇ ਦੀ ਟ੍ਰੇਨਿੰਗ ਦਊਗਾ। ਸੋ ਬਹੁਤ ਈਜ਼ੀਲੀ ਆ, ਮੈਨੂੰ ਵੀ ਸਮਝ ਲੱਗਦੀ ਆ ਵੀ ਇਹ ਚੀਜ਼ ਆਪਾਂ ਕਿੱਦਾਂ ਚਲਾਉਣੀ ਹੈ, ਕਿੱਦਾਂ ਇਹਨਾਂ ਤੋਂ ਕੰਮ ਲੈਣਾ ਵਾ। ਤਾਂ ਮੈਂ ਕੁੜੀਆਂ ਨੂੰ ਵੀ ਇਹੀ ਕਹੂੰਗੀ, ਜੇ ਤੁਸੀਂ ਬਾਹਰ ਕੈਨੇਡਾ ਅਮਰੀਕਾ ਕਿਤੇ ਵੀ ਜਾਣ ਨਾਲੋਂ, ਜੇ ਤੁਸੀਂ 20-25 ਲੱਖ ਰੁਪਈਆ ਤੁਸੀਂ ਇੱਥੇ ਇਨਵੈਸਟ ਇੰਡਸਟਰੀ ਦੇ ਵਿੱਚ ਇਹਨਾਂ ਮਸ਼ੀਨ ਦੇ ਵਿੱਚ ਇਨਵੈਸਟ ਕਰੋਗੇ, ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਇਹਨਾਂ ਚੀਜ਼ਾਂ ਦੇ ਵਿੱਚ। ਤੇ ਜੇ ਤੁਸੀਂ ਸੋਚਦੇ ਹੋ ਕਿ ਜਿਹੜੀਆਂ ਇਹ ਮਸ਼ੀਨਾਂ ਆ, ਆਪਾਂ ਜਦੋਂ ਮਸ਼ੀਨ ਇਹ ਲੈਣ ਜਾਂਦੇ ਆ, ਜੇ ਕਈ ਵਾਰ ਸੋਚਦੇ ਹੋ ਨਾ ਬਈ, ਕਈ ਫਰਮਾਂ ਹੁੰਦੀਆਂ ਵੀ ਅਸੀਂ ਇਹ ਮਸ਼ੀਨਾਂ ਆਪ ਖੁਦ ਬਣਾਉਂਦੇ ਆ, ਇਦਾਂ ਦੇ ਕੁਝ ਨਹੀਂ। ਇਹ ਸਾਰੀਆਂ ਮਸ਼ੀਨਾਂ ਚਾਈਨਾ ਤੋਂ ਆਉਂਦੀਆਂ ਆ, ਬਾਹਰੋਂ ਆਉਂਦੀਆਂ, ਜਰਮਨ ਦੀਆਂ, ਜਰਮਨ ਮੇਡ ਹੁੰਦੀਆਂ ਆ, ਬਸ ਅਸੈਂਬਲ ਇੱਥੇ ਹੁੰਦੀਆਂ ਆ, ਹਨਾ। ਕੋਈ ਵੀ ਮਸ਼ੀਨ ਇਹ ਇੰਡੀਆ ਮੇਡ ਨਹੀਂ ਹੈਗੀ, ਤੇ ਗੁਜਰਾਤ ਤੋਂ ਜਾਂ ਕਿਤੋਂ ਇਦਾਂ ਕਹਿ ਦਿੰਦੇ ਆ, ਬਟ ਇਹ ਅਸੈਂਬਲ ਇੱਥੇ ਕਰਦੇ, ਇਹਨਾਂ ਦੀ ਆਹ ਚੀਜ਼ ਇੱਥੇ ਦੀ ਹੋਊਗੀ, ਬਾਕੀ ਜਿਹੜੇ ਇਹਨਾਂ ਦੇ ਪਾਰਟਸ ਹੋਗੇ ਉਹ ਸਾਰੇ ਬਾਹਰ ਲਈ ਆ। ਅਮਰੀਕਾ ਵਾਲਿਆਂ ਨੇ ਇਹਨਾਂ ਦੀਆਂ ਮਸ਼ੀਨਾਂ ਆਪਣੇ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਬਹੁਤ ਜਗ੍ਹਾ ਚੱਲਦੀਆਂ ਵਾ। ਹੁਣ ਅਸੀਂ ਵੀ ਸੋਚ ਰਹੇ ਹਾਂ ਵੀ ਅਸੀਂ ਵੀ ਇੱਕ ਇਹਨਾਂ ਦੇ ਕੋਲੋਂ ਆਪਣੀ ਲੇਜ਼ਰ ਕਟਿੰਗ ਲਈਏ। ਇਹਨਾਂ ਨੇ ਦੱਸਿਆ ਸਾਨੂੰ, ਮੈਨੂੰ ਸਮਝਾਈਆਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ, ਤੇ ਉਹਦੇ ਨਾਲ ਸਾਡਾ ਵੀ ਥੋੜਾ ਕੰਮ ਈਜ਼ੀਲੀ ਹੋ ਜਾਊਗਾ ਕਰਨ ਦੇ ਵਿੱਚ। ਆਪਣੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹੈਗੀਆਂ, ਉਹ ਹੈਗਾ ਸੰਗਰੀਆਂ, ਬਰਨਾਲੇ ਵਾਲੀ ਸਾਈਡ ਜਿੱਥੋਂ ਮੈਂ ਕਟਵਾਉਂਦੀ ਆ, ਹਨਾ, ਆਪਣੇ ਬ੍ਰਾਊਨ ਕੁੜੀ ਦਾ ਲੋਗੋ ਕਟਵਾਉਂਦੀ ਆ ਬਰਨਾਲੇ, ਉਹ ਵੀ ਉਹਨਾਂ ਨੇ ਮਸ਼ੀਨ ਵੀ ਇਹਨਾਂ ਦੇ ਕੋਲੋਂ ਖਰੀਦੀ ਆ। ਹੋਰ ਭਗਤਾ ਭਾਈਕੇ ਹੋ ਗਿਆ, ਹੋਰ ਵੀ ਪੰਜਾਬ ਦੇ ਵਿੱਚ ਫੇਮਸ ਫੇਮਸ ਨਾਮ ਆ ਜਿਨ੍ਹਾਂ ਦੇ ਹੁਣ ਮੈਨੂੰ ਨਾਂ ਯਾਦ ਨਹੀਂ ਆ ਰਹੇ ਹੈਗੇ, ਮਤਲਬ ਉਹਨਾਂ ਦੇ ਆ, ਇਹਨਾਂ ਦੀਆਂ ਮਸ਼ੀਨਾਂ ਉਹਨਾਂ ਦੇ ਲੱਗੀਆਂ। ਜੇ ਤੁਸੀਂ ਵੀ ਲੇਜ਼ਰ ਕਟਿੰਗ ਮਸ਼ੀਨ, ਖਾਸ ਕਰ ਇੰਡਸਟਰੀਜ਼ ਵਾਲੇ, ਜੇ ਤੁਸੀਂ ਲੇਜ਼ਰ ਕਟਿੰਗ ਮਸ਼ੀਨ ਲੈਣ ਬਾਰੇ ਸੋਚਦੇ ਹੋ, ਤਾਂ ਤੁਸੀਂ ਇੱਕ ਵਾਰੀ ਰਾਧਿਕਾ ਇੰਡਸਟਰੀ ਵੀਰੇ ਨਾਲ ਕੰਟੈਕਟ ਜ਼ਰੂਰ ਕਰ ਲਿਓ। ਲੋਨ ਵੀ ਹੋ ਜਾਂਦਾ ਹੈ ਇਹਦੇ ਤੇ, ਹੈ ਨਾ। ਜੇ ਤੁਹਾਡੇ ਕੋਲ ਪੈਸੇ ਘੱਟ ਆ, ਇਕੱਠੀ ਪੇਮੈਂਟ ਤੁਸੀਂ ਨਹੀਂ ਲੈ ਸਕਦੇ, ਸੋ ਰੇਟ ਦਾ ਆਪਾਂ ਕੁਝ ਕਨਫਰਮ ਨਹੀਂ ਦੱਸ ਸਕਦੇ। ਇਹਨਾਂ ਦਾ ਨੰਬਰ ਸਭ ਕੁਝ ਮੈਂ ਮੈਂਸ਼ਨ ਕਰ ਦਿੱਤਾ ਹੈ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇੱਥੇ ਕੁਰਾਲੀ ਦੇ ਵਿੱਚ। ਐਡਰੈਸ ਵਗੈਰਾ ਵੀ ਮੈਂ ਮੈਂਸ਼ਨ ਕਰ ਦੂੰਗੀ, ਤਾਂ ਤੁਸੀਂ ਕਾਲ ਤੇ ਵੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ।
कर सके, लेजर कटिंग मशीन बारे पता कर सकते हो। सत श्री अकाल जी।